ਅਰਦਾਸ ਸਰਬਤ ਦੇ ਪਲੇ ਦੀ ਫਿਲਮ ਦਾ ਨਵਾਂ ਗੀਤ ਹੋਇਆ ਰਿਲੀਜ਼ ਜਿਹੜਾ ਰੀਸੈਂਟਲੀ ਇਸ ਗੀਤ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ YouTube ਦੇ ਉੱਤੇ ਦਰਸ਼ਕਾਂ ਦੇ ਲਈ ਤੇ ਇਸ ਗੀਤ ਨੂੰ ਦਰਸ਼ਕਾਂ ਦਾ ਕਾਫੀ ਚੰਗਾ ਰਿਸਪੌਂਸ ਵੀ ਮਿਲ ਰਿਹਾ ਹੈ ਇਸ ਗੀਤ ਦਾ ਨਾਮ ਹੈ ਕੀ ਮਿਲਿਆ ਜਿਸ ਨੂੰ ਕੀ ਰੀਸੈਂਟਲੀ ਹੀ ਰਿਲੀਜ਼ ਕੀਤਾ ਗਿਆ ਦੱਸਦੀ ਹੈ ਕਿ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ਪੈਨੋਰਮਾ 뮤직 ਦੇ ਅਫੀਸ਼ੀਅਲ YouTube ਚੈਨਲ ਦੇ ਉੱਤੇ ਤੇ ਇਸ ਗੀਤ ਨੂੰ ਰਿਲੀਜ਼ ਹੁੰਦੇ ਹੀ 3 ਲੱਖ ਦੇ ਕਰੀਬ ਵਿਊਜ਼ ਵੀ ਮਿਲ ਚੁੱਕੇ ਨੇ ਇਸ ਨਾਲ ਹੀ ਕੀ ਮਿਲਿਆ ਗੀਤ ਦੇ ਕ੍ਰੈਡਿਟਸ ਦੀ ਗੱਲ ਕਰੀਏ ਇਸ ਗੀਤ ਨੂੰ ਆਵਾਜ਼ ਦਿੰਦੀ ਹੈ ਵਨ ਐਂਡ ਓਨਲੀ ਗਿੱਪੀ ਗਰੇਵਾਲ ਨੇ ਇਸ ਗੀਤ ਦੇ ਮਿਊਜ਼ਿਕ ਨੂੰ ਬਣਾਉਣ ਦਾ ਕ੍ਰੈਡਿਟ ਵੀ ਵਨ ਐਂਡ ਓਨਲੀ ਗਿੱਪੀ ਗਰੇਵਾਲ ਨੂੰ ਹੀ ਜਾਂਦਾ ਹੈ ਦੱਸਦੀ ਹੈ ਕਿ ਇਸ ਗੀਤ ਦੇ ਲਿਰਿਕਸ ਨੂੰ ਹੈਪੀ ਰਾਏ ਕੋਟੀ ਦੇ ਵੱਲੋਂ ਲਿਖਿਆ ਗਿਆ ਜੋ ਕਿ ਅਨਡਾਊਟੇਡਲੀ ਪੰਜਾਬੀ ਫਿਲਮ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਨ ਆਫ ਦਾ ਬੈਸਟ ਲਿਰਿਸਟਿਸ ਨੇ ਇਸ ਗੀਤ ਦੀ ਕੰਪੋਜੀਸ਼ਨ ਦਾ ਕ੍ਰੈਡਿਟ ਵੀ ਵਨ ਐਂਡ ਓਨਲੀ ਹੈਪੀ ਰਾਏ ਕੋਟੀ ਨੂੰ ਹੀ ਜਾਂਦਾ ਹੈ ਸੋ ਇਸ ਗੀਤ ਦੀ ਵੀਡੀਓ ਨੂੰ ਇਸਮ ਦੀ ਸਟਾਰ ਕਾਸਟ ਤੇ ਫਿਲਮਾਇਆ ਗਿਆ ਹੈ ਗੀਤ ਦੀ ਵੀਡੀਓ ਦੇ ਵਿੱਚ ਸਾਨੂੰ ਗਿੱਪੀ ਗਰੇਵਾਲ ਜੈਸਮਿਨ ਵਸੀਨ ਗੁਰਪ੍ਰੀਤ ਕੋੱਗੀ ਮੈਡਮ ਸੀਮਾ ਕੌਸ਼ਲ ਸਰਦਾਰ ਸੋਹੀ ਮਲਕੀਤ ਰੌਣੀ ਰਾਣਾ ਜੰਗਬਹਾਦਰ ਰਗਵੀਰ ਬੋਲੀ ਤੇ ਹੋਰ ਕਈ ਸਾਰੇ ਆਰਟਿਸਟ ਨਜ਼ਰ ਆ ਰਹੇ ਨੇ ਵਕ-ਵਕ ਕਹਾਣੀਆਂ ਨੂੰ ਵਕ-ਵਕ ਸਿਚੁਏਸ਼ਨਸ ਨੂੰ ਦਰਸਾਉਂਦੀ ਹੋਈ ਫਿਲਮ ਅਰਦਾਸ ਸਰਬਤ ਦੇ ਭਲੇ ਦੀ ਇੱਕ ਹਫ਼ਤੇ ਤੋਂ ਸਿਨੇਮਾ ਕਰਾਂ ਦੇ ਵਿੱਚ ਲੱਗੀ ਹੋਈ ਹੈ 13 ਸਪਟੈਂਬਰ ਤੋਂ ਇਫਰਨ ਸਿਨੇਮਾ ਕਰਾਂ ਦੇ ਵਿੱਚ ਸਫਲੀ ਰਨ ਹੋ ਰਹੀ ਹੈ ਇਸ ਫਿਲਮ ਨੂੰ ਲੋਕ ਕਾਫੀ ਜ਼ਿਆਦਾ ਪਿਆਰ ਦੇ ਰਹੇ ਨੇ ਇਸ ਫਿਲਮ ਦੇ ਵਿੱਚ ਸਾਨੂੰ ਗਿੱਪੀ ਗਰੇਵਾਲ ਗੁਰਪ੍ਰੀਤ ਕੁੱਗੀ ਰੈਸਮਨ ਵਸੀਨ ਜੱਗੀ ਸਿੰਘ ਮੈਡਮ ਨਰਮਲ ਕੌਰ ਰੇਸ਼ੀ ਕਨਸ ਕਵਲਜੀਤ ਸਿੰਘ ਸਰਦਾਰ ਸੋਹੀ ਸੀਮਾ ਕੌਸ਼ਲ ਗੁਰਪ੍ਰੀਤ ਕਰਪੰਘੂ ਰਾਣਾ ਜੰਗ ਬਹਾਦਰ ਰੁਪਿੰਦਰ ਰੂਪੀ ਰਗਵੀਰ ਬੋਲੀ ਰਵਨੀਤ ਸੋਹਲ ਰਵਿੰਦਰ ਮੰਡ ਮਲਕੀਤ ਰੌਣੀ ਹੋਰ ਕਈ ਸਾਰੇ ਆਰਟਿਸਟ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਦੱਸ ਜੀਏ ਕਿ ਇਸ ਫਿਲਮ ਕਹਾਣੀ ਨੂੰ ਗਿੱਪੀ ਗਰੇਵਾਲ ਦੇ ਵੱਲੋਂ ਲਿਖਿਆ ਗਿਆ ਹੈ ਤੇ ਇਸ ਫਿਲਮ ਨੂੰ ਡਾਇਰੈਕਟ ਕਰਨ ਦਾ ਕ੍ਰੈਡਿਟ ਵੀ ਵਨ ਐਂਡ ਓਨਲੀ ਗਿੱਪੀ ਗਰੇਵਾਲ ਨੂੰ ਹੀ ਜਾਂਦਾ ਇਸ ਫਿਲਮ ਦੇ ਡੀਓਪੀ ਨੇ ਬਲਜੀਤ ਸਿੰਘ ਡੀਓ ਤੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ ਗਿੱਪੀ ਗਰੇਵਾਲ ਰਵਨੀਤ ਕੌਰ ਗਰੇਵਾਲ ਜੋਤੀ ਦੇਸ਼ਪਾਂਡੇ ਕੁਮਾਰ ਮੰਗਟ ਪਾਠਕ ਅਭਿਸ਼ੇਕ ਪਾਠਕ ਤੇ ਦਿਵੇਧਮੀਜਾ ਦੇ ਵੱਲੋਂ ਫਿਲਮ ਦੇ ਕੋ-ਪ੍ਰੋਡਿਊਸਰ ਨੇ ਮੁੱਲੀਧਰ ਛਟਵਾਨੀ ਸੰਜੀਵ ਜੋਸ਼ੀ ਪਨਾ ਐਲ ਐਂਡ ਵਿਨੂਦ ਅਸਵਾਲ ਸੋ ਇਹ ਫਿਲਮ 13 ਸੈਪਟੈਂਬਰ 2024 ਤੋਂ ਸਿਨੇਮਾ ਕਰਨ ਦੇ ਵਿੱਚ ਲੱਗੀ ਹੋਈ ਹੈ ਜੇਕਰ ਆਲਰੇਡੀ ਫਿਲਮ ਨੂੰ ਵੇਖ ਚੁੱਕੇ ਹੋ ਕਮੈਂਟ ਕਰਕੇ ਦੱਸੋ ਤੁਹਾਨੂੰ ਇਹ ਫਿਲਮ ਕਿਹੋ ਜਿਹੀ ਲੱਗੀ ਹੈ ਜੇਕਰ ਹਾਲੇ ਤੱਕ ਇਸ ਫਿਲਮ ਨੂੰ ਨਹੀਂ ਵੇਖਿਆ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਇਸ ਫਿਲਮ ਨੂੰ ਵੇਖਣ ਦੀ ਕਿੰਨੀ ਐਕਸਾਈਟਮੈਂਟ ਹੈ ਸੋ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਸੈਨਾਇ ਇਸ ਤੋਂ ਇਲਾਵਾ ਪਾਲੀਵੁੱਡ ਦੀ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ ਧੰਨਵਾਦ